हाँ जी दोस्तों, की हाल चाल है। सो एक बार फिर तो साडे YouTube चैनल इंदर इंटरनेट कैफे ते तुहाडा स्वागत है। सो अज दी इस वीडियो विच पंजाब सरकार वालों ड्राइवर अते फायरमैन दियां पोस्टां संबंधी जारी कीते गए ऑफिशियल नोटिफिकेशन दी जानकारी तुहाडे नाल शेयर करन जा रहे हैं। सो पूरी जानकारी लई वीडियो नूं लास्ट तक जरूर देखो। जिहड़े दोस्त मित्र साडे चैनल ते फस्ट टाइम विजिट कर रहे हैं, प्लीज़ साडे YouTube चैनल इंदर इंटरनेट कैफे नूं सबसक्राइब कर दिओ ਅਤੇ ਆਹ ਨੋਟੀਫਿਕੇਸ਼ਨ ਲਈ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਜੋ ਫਿਊਚਰ ਵਿੱਚ ਆਉਣ ਵਾਲੀ ਹਰ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਸੋ ਦੋਸਤੋ, P SSB ਵੱਲੋਂ ਨਗਰ ਨਿਗਮਾਂ ਅਤੇ ਨਗਰ ਪੰਚਾਇਤਾਂ ਅਧੀਨ ਗਰੁੱਪ ਸੀ ਦੀਆਂ ਫਾਇਰਮੈਨ ਅਤੇ ਡਰਾਈਵਰ ਓਪਰੇਟਰ ਦੀਆਂ ਪੋਸਟਾਂ ਲਈ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਸੋ ਇਸ ਨੋਟੀਫਿਕੇਸ਼ਨ ਅਧੀਨ ਨਗਰ ਨਿਗਮ ਵਿਭਾਗ ਅਧੀਨ ਫਾਇਰਮੈਨ ਦੀਆਂ 240 ਪੋਸਟਾਂ, ਡਰਾਈਵਰ ਅਤੇ ਓਪਰੇਟਰ ਦੀਆਂ 70, ਜਾਣ ਕੇ ਕੁੱਲ 310 ਪੋਸਟਾਂ ਨਗਰ ਨਿਗਮ ਅਧੀਨ ਅਨਾਊਂਸ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਨਗਰ ਕੌਂਸਲ ਭਾਵ ਕਿ ਨਗਰ ਪੰਚਾਇਤਾਂ ਅਧੀਨ ਫਾਇਰਮੈਨ ਦੀਆਂ 751 ਪੋਸਟਾਂ, ਡਰਾਈਵਰ ਅਤੇ ਓਪਰੇਟਰ ਦੀਆਂ 256, ਜੋ ਕਿ ਕੁੱਲ ਮਿਲਾ ਕੇ 1007 ਪੋਸਟਾਂ ਅਨਾਊਂਸ ਕੀਤੀਆਂ ਗਈਆਂ ਹਨ, ਜਿਸ ਅਧੀਨ ਨਗਰ ਨਿਗਮਾਂ ਅਤੇ ਨਗਰ ਪੰਚਾਇਤਾਂ ਦੀਆਂ ਕੁੱਲ 1317 ਪੋਸਟਾਂ ਲਈ ਇਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਸੋ ਦੋਸਤੋ, ਜੇਕਰ ਇਹਨਾਂ ਪੋਸਟਾਂ ਅਧੀਨ ਏਜ ਲਿਮਿਟ ਦੀ ਗੱਲ ਕੀਤੀ ਜਾਵੇ ਤਾਂ ਫਾਇਰਮੈਨ ਦੀਆਂ ਪੋਸਟਾਂ ਅਧੀਨ ਏਜ ਲਿਮਿਟ 18 ਤੋਂ 37 ਸਾਲ, ਏਜ ਲਿਮਿਟ ਵਿੱਚ ਛੋਟ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਰਹੇਗੀ। ਸੋ ਇਹਨਾਂ ਪੋਸਟਾਂ ਲਈ 10ਵੀਂ ਪਾਸ ਕੈਂਡੀਡੇਟ ਅਪਲਾਈ ਕਰ ਸਕਣਗੇ। ਇਸੇ ਤਰ੍ਹਾਂ ਜੇਕਰ ਕੋਈ ਕੈਂਡੀਡੇਟ ਡਰਾਈਵਰ ਜਾਂ ਓਪਰੇਟਰ ਦੀਆਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਲਈ ਵੀ ਏਜ ਲਿਮਿਟ 18 ਤੋਂ 37 ਸਾਲ ਰਹੇਗੀ, ਜਦਕਿ ਏਜ ਵਿੱਚ ਰਿਲੈਕਸੇਸ਼ਨ ਸੇਮ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਹੋਵੇਗੀ। ਸੋ ਡਰਾਈਵਰ ਦੀਆਂ ਪੋਸਟਾਂ ਲਈ 8ਵੀਂ ਪਾਸ ਕੈਂਡੀਡੇਟ ਅਤੇ ਇਸ ਦੇ ਨਾਲ ਹੀ ਕੈਂਡੀਡੇਟ ਕੋਲ ਹੈਵੀ ਲਾਇਸੈਂਸ ਹੋਣਾ ਲਾਜ਼ਮੀ ਰਹੇਗਾ। ਸੋ ਇਹਨਾਂ ਪੋਸਟਾਂ ਲਈ ਜਿਹੜੇ ਕੈਂਡੀਡੇਟ ਵਹੀਕਲ ਦੀ ਰਿਪੇਅਰ ਅਤੇ ਵਹੀਕਲ ਰਿਲੇਟਡ ਬਾਕੀ ਐਕਟੀਵਿਟੀ ਕਰ ਸਕਣਗੇ ਉਹਨਾਂ ਐਕਸਪੀਰੀਅੰਸ ਦੇ ਤੌਰ 'ਤੇ ਪਹਿਲ ਦਿੱਤੀ ਜਾਵੇਗੀ। ਸੋ ਦੋਸਤੋ, ਜੇਕਰ ਇਹਨਾਂ ਪੋਸਟਾਂ ਦੀ ਐਪਲੀਕੇਸ਼ਨ ਫੀਸ ਦੀ ਗੱਲ ਕੀਤੀ ਜਾਵੇ ਤਾਂ ਜਨਰਲ ਕੈਟਾਗਰੀ, ਫਰੀਡਮ ਫਾਈਟਰ ਅਤੇ ਸਪੋਰਟਸ ਪਰਸਨ ਲਈ 1000 ਰੁਪਏ ਫੀਸ, ਜਦਕਿ SC BC ਅਤੇ EWS ਲਈ 250 ਰੁਪਏ, ਐਕਸ ਸਰਵਿਸਮੈਨ ਅਤੇ ਡਿਪੈਂਡੈਂਟ ਐਕਸ ਸਰਵਿਸਮੈਨ ਲਈ 200 ਰੁਪਏ, ਜਦਕਿ ਫਿਜ਼ੀਕਲ ਹੈਂਡੀਕੈਪਟ ਲਈ 500 ਰੁਪਏ ਐਪਲੀਕੇਸ਼ਨ ਫੀਸ ਚਾਰਜ ਕੀਤੀ ਜਾਵੇਗੀ। ਸੋ ਦੋਸਤੋ, ਜੇਕਰ ਇਹਨਾਂ ਪੋਸਟਾਂ ਅਧੀਨ ਅਪਲਾਈ ਕਰਨ ਅਤੇ ਲਾਸਟ ਡੇਟ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਪੋਸਟਾਂ ਅਧੀਨ 28 ਜਨਵਰੀ 2023 ਤੋਂ ਜੋ ਕੈਂਡੀਡੇਟ ਅਪਲਾਈ ਕਰ ਸਕਣਗੇ। ਸੋ ਅਪਲਾਈ ਕਰਨ ਦੀ ਲਾਸਟ ਡੇਟ 28 ਫਰਵਰੀ 2023 ਰਹੇਗੀ। ਸੋ ਜਿਹੜੇ ਵੀ ਕੈਂਡੀਡੇਟ ਇਹਨਾਂ ਪੋਸਟਾਂ ਲਈ ਅਪਲਾਈ ਕਰਨਗੇ ਉਹ ਕੈਂਡੀਡੇਟ 3 ਮਾਰਚ 2023 ਤੱਕ ਇਹਨਾਂ ਪੋਸਟਾਂ ਲਈ ਆਪਣੀ ਬਣਦੀ ਫੀਸ ਪੇ ਕਰ ਸਕਣਗੇ। ਮੋਡ ਆਫ ਸਲੈਕਸ਼ਨ, ਸੋ ਜਿਹੜੇ ਵੀ ਕੈਂਡੀਡੇਟ ਇਹਨਾਂ ਪੋਸਟਾਂ ਲਈ ਅਪਲਾਈ ਕਰਨਗੇ ਉਹਨਾਂ ਦਾ ਇੱਕ ਲਿਖਤੀ ਪੇਪਰ ਲਿਆ ਜਾਵੇਗਾ। ਸੋ ਜਿਹੜੇ ਵੀ ਕੈਂਡੀਡੇਟ ਲਿਖਤੀ ਪੇਪਰ ਤੋਂ ਬਾਅਦ ਮੈਰਿਟ ਲਿਸਟ ਵਿੱਚ ਆਉਣਗੇ ਉਹਨਾਂ ਨੂੰ ਕੌਂਸਲਿੰਗ ਲਈ ਬੁਲਾਇਆ ਜਾਵੇਗਾ। ਸੋ ਦੋਸਤੋ, ਜੇਕਰ ਇਹਨਾਂ ਪੋਸਟਾਂ ਦੇ ਫਿਜ਼ੀਕਲ ਰਿਕੁਆਇਰਮੈਂਟ ਅਤੇ ਟੈਸਟ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਪੋਸਟਾਂ ਅਧੀਨ 5 ਫੁੱਟ 5 ਇੰਚ ਹਾਈਟ ਰਹੇਗੀ, ਚੈਸਟ 33.5 ਤੋਂ 1.5, ਆਈਸਾਈਟ 6x6 ਵਿਦਆਊਟ ਗਲਾਸਿਸ। ਸੋ ਜੇਕਰ ਇਹਨਾਂ ਪੋਸਟਾਂ ਲਈ ਕੋਈ ਫੀਮੇਲ ਕੈਂਡੀਡੇਟ ਅਪਲਾਈ ਕਰਦਾ ਹੈ ਤਾਂ ਉਹਨਾਂ ਕੈਂਡੀਡੇਟ ਲਈ A ਅਤੇ C ਕੰਡੀਸ਼ਨ ਹੀ ਅਪਲਾਈ ਹੋਵੇਗੀ। ਸੋ ਇਸ ਭਰਤੀ ਅਧੀਨ ਕੈਂਡੀਡੇਟ ਨੂੰ 1 ਮਿੰਟ ਵਿੱਚ 100 ਗਜ਼ ਦੀ ਦੂਰੀ ਦੌੜ ਦਾ ਟੈਸਟ ਦੇਣਾ ਹੋਵੇਗਾ। ਇਸ ਦੇ ਨਾਲ ਹੀ ਲੈਫਟਿੰਗ ਦਾ ਹੁੱਕ ਲੈਦਰ ਟੂ ਦਾ ਵਰਟੀਕਲ ਪੋਜੀਸ਼ਨ ਫਰੋਮ 3rd and 6th ਰਾਊਂਡ ਅਤੇ ਰੋਪ ਕਲਾਈਮਿੰਗ ਦੇ ਟੈਸਟ ਹੋਣਗੇ। ਸੋ ਦੋਸਤੋ, ਜਿਹੜੇ ਵੀ ਕੈਂਡੀਡੇਟ ਇਹਨਾਂ ਪੋਸਟਾਂ ਲਈ ਅਪਲਾਈ ਕਰਨਗੇ ਉਹਨਾਂ ਕੈਂਡੀਡੇਟ ਲਈ ਸਿਲੇਬਸ, ਐਡਮਿਟ ਕਾਰਡ ਅਤੇ ਐਗਜ਼ਾਮ ਆਫ ਡੇਟ ਦੀ ਇਨਫੋਰਮੇਸ਼ਨ ਬਾਅਦ ਵਿੱਚ P SSB ਵੱਲੋਂ ਬੋਰਡ ਦੀ ਵੈਬਸਾਈਟ 'ਤੇ ਬਾਅਦ ਵਿੱਚ ਅਪਡੇਟ ਕਰ ਦਿੱਤੀ ਜਾਵੇਗੀ। ਸੋ ਜਿਹੜੇ ਵੀ ਕੈਂਡੀਡੇਟ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਕੈਂਡੀਡੇਟ 28 ਫਰਵਰੀ 2023
23 ਤੋਂ ਪਹਿਲਾਂ P++B ਦੀ ਓਫੀਸ਼ੀਅਲ ਵੈਬਸਾਈਟ ਤੇ ਜਾ ਕੇ ਇਹਨਾਂ ਪੋਸਟਾਂ ਲਈ ਆਨਲਾਈਨ ਮੋਡ ਰਾਹੀਂ ਅਪਲਾਈ ਕਰ ਸਕਣਗੇ। ਸੋ ਦੋਸਤੋ, ਵੀਡੀਓ ਤੇ ਜਾਣਕਾਰੀ ਨੂੰ ਆਪਣੇ ਫਰੈਂਡ ਸਰਕਲ ਵਿੱਚ ਜ਼ਰੂਰ ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਸੋ ਨੈਕਸਟ ਵੀਡੀਓ ਵਿੱਚ ਇੱਕ ਨਵੇਂ ਜੋਬ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤਦ ਤੱਕ ਵੇਟ ਕਰੋ। ਧੰਨਵਾਦ। ਸਤਿ ਸ਼੍ਰੀ ਅਕਾਲ।